ਜੀ ਚੱਲ ਹੁਣ ਅਸੀਂ ਹੋ ਗਿਆ ਬਾਈ ਮੈਂ ਮੋਟਰ ਤੇ ਰੀਲ ਬਣਾਉਣ ਲੱਗਿਆ ਸੀ ਇਧਰ ਨੂੰ ਗਿਆ ਸੀ ਮੁੜ ਕੇ ਆਉਂਦੇ ਨੂੰ ਚਾਹ ਬੰਦ ਹੋ ਗਿਆ ਸੱਤਿਆ ਨਾਸ ਹੋ ਗਿਆ ਕੰਮ ਜ਼ਿਆਦਾ ਉਹ ਗਾਹਾਂ ਵੱਜ ਗਈ ਫਿਰ ਗਾਹਾਂ ਯਾਰ याद रख ले मीटर भी फुले बेस पाई आवाज कि बाहर आंदी आटा लेना चक लाया ठीक सत लो जी आ गए यार बल्ले हुणी घरे ते आ तुसीं नट देख सकदे हो वी आपां छत दुबारे खोली क्योंकि रीलां पालियां वधियां जल रहियां ने तां करके खोलनी पैगी दुबारे रीलां हुण वधिया जी बणा के फेरे बंद करांगे हुण तां थोड़े टाइम तक करांगे हल नहीं करदे ते इक बई दा कमेंट आया वी पिछली छत वी ला दो पिछली यार लाउण तां सकदे आ पर लाउणी नहीं लाउण नूं ते उही नट ने देखो सारी ओ देखो उत्थे कोई नट ने सेम जिहड़े उत्थे ने मतलब कोई चक्कर नहीं बस उही जिहड़े उरे नट ने सारे खुल जाणगे इक नट इत्थे पाइप च ਇਹ ਖੋਲ ਕੇ ਤਾਂ ਕੀ ਆਇਆ ਵੀ ਥੋੜ੍ਹੀ ਬੁਰੀ ਲੱਗੂ ਯਾਰ ਉਨੀ ਵਧੀਆ ਨਹੀਂ ਲੱਗਣੀ ਦੇਖ ਜਿਵੇਂ ਹੁਣ ਸਾਈਡ ਤਾਂ ਨਿਕਾਸ ਨਹੀਂ ਲੱਗਦੀ ਪਰ ਉਰੋਂ ਵਧੀਆ ਲੱਗਦੀ ਆ ਸੋ ਉਹ ਮੈਂ ਲੜੀ ਲੜੀ ਜੀ ਬਾਹਲੀ ਵਧੀਆ ਨਹੀਂ ਲੱਗਣੀ ਮੇਰੇ ਹਿਸਾਬ ਨਾਲ ਸ਼ੇਪ ਜਿਹੀ ਨਹੀਂ ਰਹਿਣੀ ਤਾਂ ਕਰਕੇ ਮੈਂ ਖੋਲ ਨਹੀਂ ਰਿਹਾ ਦੂਜੇ ਨੰਬਰ 'ਤੇ ਹੁਣ ਤਾਂ ਚਲੋ ਮਿੱਟੀ ਆਉਣੀ ਬਚ ਵੀ ਜਾਂਦੀ ਹਾਲੇ ਜਿੰਨੀ ਕੁ ਆਉਂਦੀ ਆ ਉਨੀ ਕੁ ਆਉਂਦੀ ਆ ਨਹੀਂ ਤਾਂ ਫਿਰ ਸਾਰੀ ਭਰ ਜਾ ਕਰੂ ਆ ਫੁੱਲੇ ਕਿਉਂਕਿ ਇਹਦਾ ਟਾਇਰ ਵੀ ਚੌੜੇ ਨੇ ਜੋ ਗਾਰਾ ਮਾਰੂ ਸਿੱਧਾ ਅੰਦਰ ਆਰੂਗਾ ਸੋ ਤਾਂ ਕਰਕੇ ਮੈਂ ਸੋਚ ਰਿਹਾ ਵੀ ਨਾ ਹੀ ਖੋਲਾਂ ਪਿਛੜੀ ਤਾਂ ਪਿਛੜੀ ਖੋਲੇ ਤਾਂ ਬੈਰ ਸੋਹਣੀ ਜੇ ਖੋਲਾਂਗੇ ਫਿਰ ਜਚਣੀ ਨਹੀਂ ਉਹ ਪਾਇਆ ਵਜੇ ਦੋ ਸੋ ਤਾਂ ਕਰਕੇ ਖੋਲ ਨਹੀਂ ਰਹੇ ਪਿਛਲੀ ਸੱਚ ਕੁਛ ਹੋਣਾ ਦਾ ਕਮੈਂਟ ਆ ਵੀ ਸੁਰਤ ਕਿੱਥੇ ਆ ਸੁਰਤ ਕਿੱਥੇ ਆ ਅਸੀਂ ਸੁਰਤ ਤੇ ਬਾਕੀ ਹੋਰ ਲੈਣੇ ਗੱਲਾਂ ਸਟੀਅਰਿੰਗ ਚੈੱਕ ਕਰੋ ਬਾਈ ਸਟਾਰਟ ਤੇ ਤਾਂ ਇੰਨਾ ਜ਼ਿਆਦਾ ਸਮੂਥ ਆ ਇਹ ਜਿਹੜਾ ਥਾਰ ਰੌਕਸ ਮੇਰੇ ਹਿਸਾਬ ਨਾਲ ਉਹਦਾ ਸਟੀਅਰਿੰਗ ਹੋਊਗਾ ਇੰਨਾ ਕਿ ਸਮੂਥ ਹੋਊ ਜਿੱਡੇ ਮਰਜ਼ੀ ਟਾਇਰ ਪਾ ਲਓ ਇਲੈਕਟ੍ਰਿਕ ਕਰਕੇ ਤਾਂ ਕਰਕੇ ਉਹ ਫਿੱਟੇ ਟਾਇਰ ਪਾ ਲਓ ਚਾਹੇ ਫਿਰ ਵੀ ਮੈਨੂੰ ਲੜਾ ਇੰਨੀ ਸਮੂਥ ਰਹੂ ਤੇ ਆਹ ਚਲਾ ਕੇ ਗੱਡੀ ਕੋਈ ਉਹ ਚਲਾਊਗਾ ਗਾਲਾ ਕੱਢੂ ਥਾਰ ਨੂੰ ਇੰਨਾ ਜ਼ਿਆਦਾ ਹਾਰਡ ਆ ਇਹਦੇ ਮੁਰ ਉਹ ਨਹੀਂ ਪਤਾ ਲੱਗਦਾ ਚਲੋ ਆਹ ਚਲਾਉਣੇ ਆ ਦੇਖੋ ਬੰਦ ਵੀ ਕਰ ਦਿੰਦਾ ਮੈਂ ਫਿਰ ਵੀ ਹੁਣ ਜਿਵੇਂ ਪ੍ਰੈਸ਼ਰ ਮੁੱਕ ਗਿਆ ਤਾਂ ਫਿਰ ਵੀ ਮਤਲਬ ਫਿਰ ਵੀ ਠੀਕ ਆ स्टिकर तो इन लिया गया तू स्टिकर कने लिया गया जवाक जो और लाल शर्ट वाला कहना मेनू भी दो स्टिकर कहना स्टिकर सत्या ले लो ला चिट्टी पीपीएफ पीड़ी हो जाती है चिट्टी तो पीपीएफ ना करावे कहते ये सर मैं करावे कली ओ भी सर मैं करावे कोई ना टाइम आऊगा सा ऑटोमेटिक खुल गई खोली था आए आए करे हो फेरे यार प्रदीप रे ए बच्ची मैं पास ओ साफ कर लगा पीछे आए होगी फिर मैं कहा खुल गई इतना बंद था अच्छा तन्नू अच्छा हुन तन्नू पता नहीं सीगा यार तो देखो भाई दे पिछे सी वालियां किन्नी सरे ने थार ऑक्सर मांगू ने ओदियां जमी प्रॉपर ने थोड़ी होर ने राड़ी ने लेना है तानी लेना ना मतलब मैं राड़ी मंगा दियो अभी कलू मैं ऑटोग्राफ ले आ ठीक है रोड छोटा पिस्तर बोल लगा बोता रखना गड्डी देखे जो पता चलता हाथ आना इन नहीं दिखाया बोता नहीं देखा तैयार ਉਹ ਤਾਂ ਦੇਖਿਆ ਪਹਿਲਾਂ ਤਾਂ ਮੂੰਹ ਤੋੜੇ ਇਹਨਾਂ ਦਾ
ਬੋਤਾ ਤਾਂ ਹੋਣੇ ਆ ਉਹ ਪਨੇ ਪਿੱਛੇ ਚੱਕ ਕੇ ਲੈਂਗੇ ਗੁਰਤਿਆ ਨਾ ਪੁਰਨ ਥੱਲੀ ਪਿਆ ਆਪਾਂ ਪੈਟ ਪਾੜ ਲਿਆ ਬਾਈ ਨਵਾਂ ਆ ਦੇਖੋ ਪਰ ਦੇ ਵੀਰੇ ਕੁੱਤਾ ਲਿਆਓ ਤੁਸੀਂ ਕੁੱਤਾ ਹੀ ਕਰਨਾ ਲਿਆਓ ਆ ਬਾਈ ਮੈਂ ਗਿਆ ਸੀਗਾ ਰੇਗਿਸਤਾਨ ਰਾਜਸਥਾਨ ਗਿਆ ਸੀਗਾ ਮੈਂ ਉੱਥੋਂ ਲਿਆਉਂਦਾ ਨੂੰ ਹੀ ਕਹਿ ਦੇਵੇ ਦੇਖੋ ਇਹ ਸੋਹਣਾ ਲੱਗਦਾ ਹਾਂਜੀ ਵੀਰੇ ਸੋਚ ਰਿਹਾ ਸੀ ਪਹਿਲਾਂ ਮੈਂ ਸੋਚਿਆ ਵੀ ਇਹਨੂੰ ਰੱਖ ਦਿੰਦਾ ਪਰ ਵੱਡਾ ਹੀ ਬਹੁਤ ਆ ਦੇਖੋ ਉਰੇ ਵਧੀਆ ਤਾਂ ਲੱਗਦਾ ਬਹੁਤ ਯੂਨੀਕ ਜਿਹਾ ਪਰ ਵੱਡਾ ਵਾਲਾ ਹਾਂ ਦੋ ਨੇ ਹੈ ਜੀ ਦੋ ਤਾਂ ਕੀ ਰੱਖਣੇ ਚਲੋ ਘਰ ਇੱਥੇ ਵਧੀਆ ਲੱਗਦਾ ਪਿਆ ਪਰ ਹਰ ਖੁਰੇ ਵੀ ਨੇ ਬੋਤੇ ਦੋ ਬੋਤੇ ਦੋ ਬੋਤੇ ਆਪਣੇ ਕੋਲ ਦੋ ਹੋਏ ਨੇ ਸੋ ਤਾਂ ਇੱਥੇ ਹੀ ਰੱਖ ਦਿੰਦੇ ਹਾਂ ਨਾ ਇੱਧਰ ਸੋਹਣਾ ਲੱਗੂ ਦੇਖਦੇ ਰੱਖ ਕੇ ਦੇਖਦੇ ਹਾਂ ਚਲੋ ਜੀ ਮੈਂ ਤੁਹਾਨੂੰ ਬੋਤੇ ਦਿਖਾਉਣ ਲੱਗਿਆ ਜੀ ਉਵੇਂ ਵਿੱਚ ਬਹਿ ਕੇ ਆ ਕੇ ਤੁਹਾਨੂੰ ਕਿਹਦੇ ਕਿਹਾ ਬੈਠਣ ਨੂੰ ਇਹਨੂੰ ਐਂ ਗੇੜਾ ਦੇ ਦੂੰ ਮੈਂ ਨਹੀਂ ਦਿੰਦਾ ਬਹੁਤ ਗੇੜਾ ਦੇਖੋ ਐਂ ਦੋ ਵੀ ਰੱਖ ਸਕਦੇ ਹਾਂ ਪਰ ਇਹ ਥੋੜ੍ਹਾ ਦੋ ਰੱਖਾਂਗੇ ਤਾਂ ਐਂ ਲੱਗੂ ਜਿਵੇਂ ਕਿੰਨੇ ਘੰਟ ਲਾ ਦਿਓ ਭਾਈ ਤੁਹਾਨੂੰ ਦੱਸਿਓ ਕਮੈਂਟ ਕਮੈਂਟ ਕਰਕੇ ਦੱਸੋ ਵਧੀਆ ਲੱਗਦੇ ਨੇ ਐ ਲੱਗਦਾ ਜਿਵੇਂ ਓਏ ਬਹੁਤ ਵਧੀਆ ਲੱਗਦੇ ਨੇ ਇਹਦਾ ਬਹੁਤ ਵਧੀਆ ਲੱਗਦੇ ਨੇ ਕਿਹੜਾ ਕਿਹੜਾ ਓਏ ਹੋਇਆ ਤਾਂ ਖੰਡਾ ਆਪਣਾ ਇੱਥੇ ਪਰ ਜਾਨਵਰਾਂ ਚ ਠੀਕ ਲੱਗੂ ਪਰ ਓ ਆ ਜੀ ਵਾ ਕੁੜੀ ਮੁੰਡੇ ਨਾਲ ਸੋਹਣੀ ਮੁੰਡਾ ਕੁੜੀ ਨਾਲ ਸੋਹਣਾ ਬੋਤਾ ਬੋਤਨੀ ਨਾਲ ਸੋਹਣਾ ਬੋਤਨੀ ਬੋਤੇ ਨਾਲ ਸੋਹਣੀ ਐ ਕਹਿ ਸਕਦਾ ਪਰ ਥੋੜੇ ਡਿਸਟਰੈਕਸ਼ਨ ਫੀਲ ਕਰਦੇ ਨੇ ਥੋੜੀ ਜੀ ਹਨਾ ਇਸੇ ਕਰਕੇ ਆਪਾਂ ਕਿਸ਼ਤੀ ਸ਼ੋ ਸਕਦੇ ਹਾਂ ਕਿਸ਼ਤੀ ਪੱਟ ਕੇ ਨਾ ਰੱਖ ਦਈਏ ਹਾਂ ਪ੍ਰਦੀਪ ਰੇ ਪਰ ਉਹਨੇ ਸੋਹਣਾ ਲੱਗਦਾ ਯਾਰ ਪੂਰੀ ਸੋਹਣਾ ਲੱਗਦਾ ਕਰੀਏ ਕੀ ਬਸ ਕਰਨਾ ਕੁਛ ਨਹੀਂ ਲਾ ਲਓ ਪਹਿਲਾਂ ਪੁੱਛਾਂ ਕਿ ਇਹਨੂੰ ਵਧੀਆ ਲੱਗਦਾ ਕਿ ਨਹੀਂ ਚਲ ਐ ਫਿਲਹਾਲ ਉਹ ਕਿਸ਼ਤੀ ਪੱਟ ਦਿੰਦੇ ਆ ਕਿਸ਼ਤੀ ਆਪਾਂ ਪੱਟ ਕੇ ਸਵਿਫਟ ਚ ਉਹ ਲੈ ਬੜੀ ਵਿਸ਼ੀ ਦੀ ਪੱਟੀ ਗਈ ਤਾਂ ਕਿਸ਼ਤੀ ਓਏ ਹੱਥ ਕਰਨਾ ਤੂੰ ਕਿਸ਼ਤੀ ਆਪਾਂ ਉੱਥੇ ਰੱਖ ਦਾਂਗੇ ਆ ਦੇਖੋ ਜਿੰਨੀ ਮਾਰੇ ਪੁੱਠੀ ਵੀ ਕਰ ਲੈ ਇਹਨੂੰ ਤਾਂ ਵੀ ਨਹੀਂ ਪਲਟ ਤਾਂ ਵੀ ਪੁੱਠੀ ਚ ਵੀ ਸਿੱਧੀ ਹੋ ਗਈ ਦੇਖ ਲਓ ਕਿਸ਼ਤੀ ਕਿਸ਼ਤੀ ਹੋ ਆ ਬਾਈ ਇਹੋ ਜੀ ਗੱਲ ਨਹੀਂ ਆਪਾਂ ਇਹ ਹੋਰ ਇੱਥੇ ਰੱਖਣੀ ਨਹੀਂ ਨਹੀਂ ਤਾਂ ਫਿਰ ਵੱਧ ਹੋਊਗਾ ਉਹਨੂੰ ਖਲਾ ਵਧੀਆ ਹੋ ਜਾਊ ਇਹਨੂੰ ਉੱਥੇ ਰੱਖ ਕੇ ਦੇਖ ਜੀ ਵੀਰੇ ਆ ਦੇਖੋ ਕਿੰਨੇ ਸਾਫ ਆ ਕਿਸ਼ਤੀ ਤੋਂ ਬਿਨਾ ਵੀਰੇ ਜਹਾਜ਼ ਨਾ ਛੱਡ ਲਈ ਸੋਹਣਾ ਲੱਗਦਾ ਸੋਹਣਾ ਤਾਂ ਲੱਗਦਾ ਇੱਕ ਟਾਂਗੇ ਉੱਧਰ ਨਾ ਇੱਕ ਟਾਂਗੇ ਇੱਧਰ ਬਹੁਤ ਸੈੱਟ ਕਰ ਦਾਂਗੇ ਹਾਂ ਚਲ ਇਹਨੇ ਗੇੜਾ ਦੇਖ ਕੇ ਉਹਨੇ ਚਲੋ ਵਾਹ ਉਹਰੇ ਵਧੀਆ ਲੱਗਦੇ ਨੇ ਉਹ ਬਾਲੇ ਬੜੇ ਨੇ ਨਾ ਇਹ ਥੋੜੇ ਛੋਟੇ ਹੁੰਦੇ ਬੜਾ ਵਧੀਆ ਦੀਗਾ ਛੋਟੇ ਵੀ ਲੈ ਲਵਾਂਗੇ ਕੋਈ ਨਾ ਕਰ ਸਵਾਦ ਆ ਗਿਆ ਦੇਖ ਲੈ ਸੱਟ ਤਾਂ ਨਹੀਂ ਲੱਗੀ ਪੁੱਛ ਲੈ ਇਹਨੂੰ ਸੱਟ ਤਾਂ ਨਹੀਂ ਲੱਗੀ ਪੁੱਤੇ ਘਰੇ ਵਾਪਸ ਕਿਉਂਕਿ ਨਾ ਮੈਂ ਲੈਣ ਗਿਆ ਸੀ ਡਬਲ ਟੇਪ 3M ਵਾਲੀ ਫਿਰ ਮੈਨੂੰ ਯਾਦ ਆਇਆ 3M ਤਾਂ ਮੈਨੂੰ ਲੱਗਾ ਘਰੇ ਪਈ ਆ ਮੈਂ ਘਰੇ ਦੇਖਿਆ ਚਲੋ ਉਤਰ ਹੁਣ ਵੀ ਛੁਡਾਓਗਾ ਤੁਹਾਡਾ ਝੋਟਾ ਪੂਰਾ ਹੋਗਾ ਚਲੋ ਜਾਓ ਡਬਲ ਟੇਪ ਨੂੰ ਲੱਭਿਆ ਨਹੀਂ ਇਹ ਇਹਨਾਂ ਨੂੰ ਚਾਅ ਚੜਿਆ ਪਿਆ ਵੀ ਸਾਨੂੰ ਦੁਬਾਰਾ ਜਾਵਾਂਗੇ ਆਪਾਂ ਛੱਡ ਵੀ ਦੇਵਾਂਗੇ ਡਬਲ ਪੇਟ ਨੂੰ ਅੱਜ ਕਰ ਲੈਣੇ ਮੈਨੂੰ ਖੁਸ਼ੀ ਹੋਈ ਇਹਨਾਂ ਨੂੰ ਦੁੱਖ ਕੀ ਹੋਇਆ ਹੁਣ ਲਾ ਕੇ ਦੇਖ ਦਿੰਦਾ ਮਾੜੀ ਮੋਟੀ ਇਹਦੇ ਨਾਲ ਤਾਂ ਲੱਗਣੀ ਨੀ ਮੇਰੇ ਹਿਸਾਬ ਨਾਲ ਆਪਾਂ ਨੂੰ ਪਲੇਟ ਰੱਖਣੀ ਪਊ ਥੱਲੇ ਯਾਰ ਫੇਰ ਬਣੂ ਗੱਲ ਇਹੋ ਜਿਹਾ ਜਵਾਬ ਵੀ ਨਾ ਹੁਣ ਕਹਿੰਦਾ ਲੱਗੀ ਨਾ ਕਹਿੰਦਾ ਗੂੰ ਦੇਖ ਲਾ ਹੋ ਜਾਏ ਨਵੀਂ ਲਿਆਉਣੀ ਪੈ ਜਾਵੇ ਇਹਨਾਂ ਨੂੰ ਐਂ ਗੇੜਾ ਮਿਲ ਜਾਊ ਉਹਨਾਂ ਨੂੰ ਹਾਂ ਚਲੋ ਜੀ ਆ ਲਾ ਤਾਂ ਮੈਨੂੰ ਲੱਗਦਾ ਖੜਨੀ ਨੀ ਇਹ ਮੇਰੇ ਹਿਸਾਬ ਨਾਲ ਤਾਂ ਲਵਾਉਣੇ ਪੈਣਗੇ ਇੱਕ ਨੰਬਰ ਪਲੇਟ ਲੈ ਕੇ ਨਾ ਕਿਉਂਕਿ ਜੇ ਲੱਗ ਖੜ ਵੀ ਗਈ ਤਾਂ ਹਰ ਵਾਲੇ ਝੰਡਕ ਜਾਣੀ ਆ ਐਂ ਨੀ ਪਤਾ ਆਪਾਂ ਉੱਧਰੋਂ ਪੱਕਾ ਜੁਗਾੜ ਕਰ ਦਈਏ ਉੱਧਰ ਲੋਕਾਂ ਨੂੰ ਪਸੰਦ ਨਾ ਆਵੇ ਫਿਰ ਭੱਲਾਈਏ ਨਾ ਇਹ ਕੀ ਗੱਲ ਬਣੀ ਫਿਰ ਲਾਉਣੇ ਪੈਣਗੇ ਮਿਹਨਤ ਕੀਤੀ ਖਰਾਬ ਜਾਓ ਆਪਣੀ ਚਲੋ ਫਿਰ ਚੱਲਦੇ ਹਾਂ ਉੱਥੇ ਲਵਾ ਕੇ ਲਿਆਉਣੇ ਇਹਨਾਂ ਦੀ ਨੀਤ ਸੀਗੀ ਵਿੱਚ ਤਾਂ ਜਾਣਾ ਹੀ ਪੈ ਗਿਆ ਆਪਾਂ ਦੁਬਾਰਾ ਉਹਨਾਂ ਦੇ ਫਰੇਮ ਵਿੱਚ ਦਵਾ ਦੇਣਾ ਗੱਲ ਸੁਣੋ ਵਿੱਚ ਆ ਕੇ ਬੱਚੇ ਬੈਠੋ ਪਹਿਲਾਂ ਤਾਂ ਧੁੱਪ ਲੁਗੂਗੀ ਲੱਗੀ ਜਾਵੇ ਤੁਸੀਂ ਬਾਹਰ ਨਹੀਂ ਉਤਰਨਾ ਸਮਝ ਕੇ ਪਟਾਕੀ ਦਾ ਲੋਕ ਨਹੀਂ ਖੋਲਣਾ ਆ ਗਿਆ ਮੈਂ ਕਰਾ ਲਿਆ ਵਾਲੇ ਪੁਰਾਣਾ ਕੰਮ ਬਾਈ ਹੁਣੇ ਕਰਦੇ ਨੇ ਮੇਨ ਤਾਂ ਆਪਣਾ ਵਾਲੇ ਪੁਰਾਣਾ ਹੀ ਆ ਸੋ ਆਪਾਂ ਕਰਾ ਲਿਆ ਹੁਣ ਚੱਲ ਕੇ ਦੇਖਦੇ ਸੈੱਟ ਕਰਾ ਕੇ ਠੀਕ ਹੈ ਜੀ ਓਕੇ ਟਾਕੀ ਜੀ ਟਾਕੀ ਖੋਲੋ ਜੀ ਟਾਕੀ ਘੱਟੋ ਘੱਟ 15 ਹੈ ਕੀ ਪਤਾ ਡਬਲ ਟੇਬ ਦਾ ਮੈਨੂੰ ਪਤਾ ਲੋਕ ਖੋਲ
ਧਾਨੀ ਤੂੰ ਖੋਲ ਦੇ ਮੈਂ ਇਹਦੇ ਕੋਲ ਚਾਬੀ ਨਾਲ ਖੋਲਣਾ ਬੂ ਉਜੜ ਨੇ ਤਾਂ ਆਏ ਆਏ ਹੁੰਦਾ ਲੋਕ ਆਏ ਸਮਝ ਗਿਆ ਚਾਬੀ ਤਾਂ ਖੁੱਲੀ ਨਹੀਂ ਅਬੇ ਹੋਈ ਕੋਈ ਆਇਆ ਤਾਂ ਨਹੀਂ ਬੱਚਾ डबल टेप मोटी बेकार होंगी मतलब कोई होर मटीरियल होंगी जी आह 3M दी थोड़ी वधिया होंगी आह जी जमी कागज है भाई इन्नी पतली आ देखो पिछे डबल टेप लगी है पता भी नहीं लगता इन्नी ज्यादा स्ट्रांग आ तेरे पैरों से भी लवा ली जे ना लोट लगे फिर आप पेच कर देंगे फिलहाल ली अपन ला ली सुनो आ डबल टेप यार बाली वजह लगी देखो जमी कागज ही आ बस तो गूंद पता कि कड़ी है गूंद दिखा थोड़ा मैं गूंद बहुत हैवी है फिर अपन प्लेटा बनवा लिया थोड़ी बड़ी ने चल कट देंगे जो वजी ना लोट लगी है नहीं लोड़ नहीं बनी लोड़ तो पो कटने फिर गर्मी आया नारा पूरी बहुत ज्यादा दिखा हूं खड़ती चलो जी एक तो आप लाता देखो ये हिलता नहीं है पैरों से अपना दूजी टेप लाई है तो थले अपना दूजी टेप लाई है तो कुल मिला के उक्कर पुट हो गया कम दसो सोहना लगता कि नहीं लगता या फिर अपना घूम लगे पाया या फिर अपना दोहां मतलब कि मूहरे लाइए इतने मतलब ए जी करके पर फिर डिस्ट्रैक्शन आ सकती है ना मूहरे और गड्डी चलाने वे इतनी डीका साइड से जो थोड़ी छत खुली है ना ऊँ तो वैसे कोई आता नहीं पर फिर भी तुम्हें मेन समान है जिमें कि एनक रेबन की महंगी एनक हो या फिर वाटूआ हूँ इतने रख के ए बंद कर दो उस तो बाद फिर उन्होंने ला दो लॉक जिन्हें क्ढना हूँ क्ढे लेना पर फिर भी थोड़ा सेफ तो हो ही गया हूँ आ गया पेसर अपने को बूता अपना मैं सही है वैसे ऊँ तो ए भी डिगना जाए क्योंकि हले का तो है बाकी देखते भी डिगदा कि नहीं डिगदा की लग सोना लगता पेसर हाँ हाँ इक्के ला इक्के बहुत वो दो तो ओवर लगन गए ऑलसो गुड अंग्रेजी आने लग गई तेन तो हूँ अं चले सी रील रूल बना तो माड़ा मोटा जे कुछ मूड बने तो खा आवे तो चलिए ਜੀ ਚੱਲ ਹੁਣ ਆ ਸੀਨ ਹੋ ਗਿਆ ਬਾਈ ਮੈਂ ਮੋਟਰ ਤੇ ਰੀਲ ਬਣਾਉਣ ਗਿਆ ਸੀ ਇਧਰ ਨੂੰ ਗਿਆ ਸੀ ਮੁੜ ਕੇ ਆਉਂਦੇ ਨੂੰ ਚਾਹ ਬੰਦ ਹੋ ਗਿਆ ਤੇ ਸੱਤਿਆ ਨਾਲ ਹੋ ਗਿਆ ਕੰਮ ਕਿੱਡਾ ਕਿਵੇਂ ਹੁਣ ਚਲ ਮੈਂ ਦੁਬਾਰਾ ਟਰਾਈ ਮਾਰਦਾ ਗੱਲ ਤਾਂ ਸੁਣ ਮੈਨੂੰ ਪਤਾ ਸੀ ਗੱਲ ਆਊਗਾ ਮਾਕਰ ਨੂੰ ਲੈ ਆਇਆ ਜਿਆਦਾ ਉਹ ਗਾਹਾਂ ਬਾਜ਼ ਕੀ ਫਿਰ ਗਾਹਾਂ ਯਾਰ ਇੱਕਣ ਗਏ ਫਸੂਗੀ ਉਰੀ ਗਿੱਲਾ
ਕਿਵੇਂ ਕਿਵੇਂ ਮੈਂ ਕਿਹਾ ਤੈਨੂੰ ਮੈਂ ਕਹਿੰਦਾ ਤਾਂ ਹੈਗਾ ਜੀ ਜ਼ਿਆਦਾ ਮਾ ਕਰਨ ਲਾਇਆ ਫੇਰ ਮੈਨੂੰ ਆਇਆ ਕਿ ਹੋਰ ਗਾਹਾਂ ਗਿੱਲਾ ਹੋਇਆ ਹੋਰ ਪੰਗਾ ਪਿਆ ਟੋਆ ਤਾਂ ਕੁਝ ਵੀ ਨਹੀਂ ਪਿਆ ਇਹ ਪੂਰੇ ਪਾਣੀ ਛੱਡਿਆ ਕਿ ਚੱਕਰ ਓਏ ਉਹ ਆ ਗੱਲ ਹੁੰਦੀ ਹੈ ਕੁੱਲ ਮਿਲਾ ਕੇ ਭਾਈ ਉਹ ਬਚ ਗਿਆ ਕੰਮ ਦੇਖੋ ਜੇ ਥੋੜ੍ਹਾ ਜਿਹਾ ਜਿਵੇਂ ਮੈਂ ਜੇ ਉੱਥੇ ਜੇ ਮਤਲਬ ਕਿ ਮਾੜਾ ਡਰਾਈਵਰ ਹੁੰਦਾ ਫਿਰ ਤਾਂ ਉੱਥੇ ਟਾਇਰ ਖਾਸੇ ਘੁੰਮਾਉਂਦਾ ਫਿਰ ਖੁੱਭ ਜਾਣੀ ਸੀ ਜਮੀ ਮੈਂ ਦੇਖਿਆ ਵੀ ਇਦੋਂ ਬਾਅਦ ਜੇ ਹੋਰ ਭਜਾਊਂਗਾ ਤਾਂ ਖੁੱਭੂਗੀ ਤਾਂ ਕਰਕੇ ਫਿਰ ਮੈਂ ਤਾਂ ਥੋੜ੍ਹੀ ਪਿੱਛੇ ਨੂੰ ਕਰਦੇ ਪਿੱਛੇ ਨੂੰ ਹੋਊਗੀ ਉਹ ਪਿੱਛੇ ਨੂੰ ਹੋ ਕੇ ਫਿਰ ਮੋਸ਼ਨ ਨਾ ਨਿਕਲੇ ਥੋੜ੍ਹੀ ਜੀ ਜਾਣੀ ਜੇ ਤੁਸੀਂ ਆਹ ਕੋਈ ਕਰਨਾ ਨਾ ਫਿਰ ਤੁਹਾਨੂੰ 4x4 ਲੈਣੀ ਚਾਹੀਦੀ ਆ 4x4 ਜਾਣੀ ਇੱਥੋਂ ਜਮੀ ਉਹਨੂੰ ਪਰਵਾਹ ਨਹੀਂ ਸਿਮਰਨੀ ਕਿਉਂਕਿ ਮੂਹਰਲੇ ਟਾਇਰਾਂ ਨੇ ਕਰ ਦੇਣੀ ਸੀ ਹੁਣ ਇਹਦੇ ਪਿਛਲੇ ਟਾਇਰ ਘੁੰਮੀ ਗਏ ਮੂਹਰਲੇ ਨੇ ਜ਼ੋਰ ਨਹੀਂ ਮਾਰਿਆ ਤਾਂ ਖੜ ਗਈ ਸੀ ਬਾਕੀ ਚੱਲ ਸ਼ੁਕਰ ਆ ਥੋੜ੍ਹੀ ਜਿਹੀ ਫਸੀ ਸੀ ਸੋ 4x4 ਨੂੰ ਤੁਸੀਂ ਇੱਥੇ ਗਿੱਲੀ ਥਾਂ 'ਤੇ ਲਿਜਾ ਸਕਦੇ ਹੋ 4x2 ਨੂੰ ਜਮਾਂ ਨਹੀਂ ਆ ਦੇਖੋ ਬਾਕੀ ਗੁੱਡੀ ਜਿਹੜੀ ਟਾਇਰ ਦੇ ਤੁਸੀਂ ਕਹਿੰਦੇ ਵੀ ਟਾਇਰ ਤਕੜੇ ਪਾਏ ਹੋਏ ਨੇ ਉਹ ਫਿਰ ਉੱਥੇ ਜਾ ਕੇ ਸਾਰੇ ਟਾਇਰ ਖਤਮ ਹੋ ਗਏ ਮਤਲਬ ਕਿ ਪਲੇਨ ਹੋ ਗਏ ਇਹਦਾ ਕੋਈ ਗੁੱਡੀ ਦਾ ਫਾਇਦਾ ਨਹੀਂ ਰਿਹਾ ਕਿਉਂਕਿ ਵਿੱਚ ਫਸ ਗਈ ਅਤੇ ਟਾਇਰ ਪਲੇਨ ਹੋ ਗਏ ਅਗਰ ਆਪਾਂ ਬਣੀ ਨਹੀਂ ਤਾਂ ਨਿਕਲਣਾ ਨਹੀਂ ਚਾਹੀਦਾ ਦੇਖੋ ਕੀ ਬਣ ਗਿਆ ਫਿਰ ਹੁਣ ਜਾ ਕੇ ਧੋਣੀ ਪੈਣੇ ਨੇ ਟਾਇਰ ਚਲੋ ਬਾਕੀ ਦੱਸਦਾ ਇੱਕ ਕੰਮ ਹੋਰ ਮੈਂ ਡਰ ਰਿਹਾ ਜੀ ਮੈਂ ਵੱਧ ਕਰਾਉਂਦਾ ਦੇਖੋ ਮਿੱਟੀ ਦੇਖੋ ਗਾਰਾ ਉਹਨੇ ਤੱਕ ਆ ਗਿਆ ਉੱਤੇ ਜਿਹਦੇ ਛੱਤ ਨਹੀਂ ਹੈਗੀ ਅਤੇ ਛੱਤ ਨਹੀਂ ਬਣਵਾਇਆ ਜੀ ਆਹ ਦੇਖੋ ਅੰਦਰ ਵੀ ਸ਼ਾਇਦ ਆਇਆ ਹੋਊ ਕਿਤੇ ਇੱਥੇ ਤਾਂ ਆ ਗਿਆ ਹੋਊਗਾ ਨਹੀਂ ਅੰਦਰ ਨਹੀਂ ਆਇਆ ਅੰਦਰ ਮੈਂ ਬਚਾ ਰੱਖਿਆ ਉਹਦੇ ਤੱਕ ਤਾਂ ਪਹੁੰਚ ਗਿਆ ਜੇ 4x4 ਹੁੰਦੀ ਫਿਰ ਉਹਨੇ ਚੱਕ ਕੇ ਮਾਰਨਾ ਸੀ ਹੋਰ ਕਰਨ ਦੀ ਚਲੋ ਅੰਦਰ ਤਾਂ ਕੁਛ ਨਹੀਂ ਹੋਇਆ ਚਲੋ ਥੋੜ੍ਹਾ ਲਿਟਲ ਜਿਹਾ ਸਟੰਟ ਹੋ ਗਿਆ ਇੰਨਾ ਕੁ ਤਾਂ ਚੱਲਦਾ ਚਲੋ ਚੱਲੀ ਆਇਆ ਜਿੰਨੀ ਭਜਾਊਂਗਾ ਉਨੀ ਉੜੂਗੀ ਹੁਣੇ ਸਾਨੂੰ ਆਰਾਮ ਜਿਹੇ ਨਾਲੇ ਕੱਢਣੀ ਪਈ ਉੱਥੇ ਛੱਤ ਹੁੰਦੀ ਫਿਰ ਖਿੱਚ ਦਿੰਦੇ ਯਾਰ ਫਿਰ ਪਰਵਾਹ ਨਹੀਂ ਕੋਈ ਨਹੀਂ ਅੰਦਰ ਗਈ ਮਿੱਟੀ ਤਾਂ ਕੰਮ ਖਰਾਬ ਹੋ ਜੂ ਚੱਲ ਹੌਲੀ ਹੌਲੀ ਨਿਕਲ ਜਾਣੀ ਆ ਆਸਾਨ ਹੋ ਗਿਆ ਆ ਗਈ ਮਿੱਟੀ ਅੰਦਰ ਆ ਦੇਖੋ ਆ ਵੀ ਚੱਕ ਇੱਕ ਤਾਂ ਹੁਣ ਅੰਦਰੋਂ ਵੀ ਧੋਣੀ ਪਊਗੀ ਆਹੋ ਮਤਲਬ ਚੱਜ ਨਾਲ ਮਿੱਟੀ ਮੁੱਟੀ ਤਾਂ ਸਾਫ ਕਰਨੀ ਪੈਣੀ ਆ ਕੱਪੜਾ ਕੁੱਪੜਾ ਜਿਹਾ ਮਾਰਨਾ ਪਊ ਆਹ ਦੇਖੋ ਸਾਨੂੰ ਕੌਣ ਮਿਲਿਆ ਉਹ ਵੀ ਕੱਲਮ ਕੱਲਾ ਬਾਕੀ ਹੁਣ ਆ ਗਿਆ ਮੈਂ ਘਰੇ ਤੇ ਬਾਕੀ ਅੰਦਰ ਮਿੱਟੀ ਮੁੱਟੀ ਤਾਂ ਥੋੜੀ ਬਹੁਤ ਹੈ ਹੁਣ ਤੁਹਾਨੂੰ ਕੱਲ੍ਹ ਹੀ ਧੋਵਾਂਗੇ ਤਾਂ ਕਿ ਬਾਕੀ ਆਪਣਾ ਊੜਾ ਬੋਤਾ ਵੀ ਬਹੁਤ ਵਧੀਆ ਲੱਗ ਰਿਹਾ ਮੈਨੂੰ ਤਾਂ ਵਧੀਆ ਲੱਗਿਆ ਤੁਸੀਂ ਕਮੈਂਟ ਕਰਕੇ ਦੱਸ ਦਿਓ ਜੀ ਅੱਖ ਦੇਖੋ ਕਿੰਨੀ ਰੀਅਲਿਸਟਿਕ ਆ ਉਹਦਾ ਘੈਂਟਾ ਪੂਰਾ ਅਤੇ ਦੱਸੋ ਵੀ ਇੱਕ ਵਧੀਆ ਲੱਗਦਾ ਦੂਜਾ ਤਾਂ ਲਾਉਣ ਦੀ ਮੇਰੀ ਸਲਾਹ ਹੈ ਨਹੀਂ ਜੇ ਲਾਇਆ ਫਿਰ ਆਪਾਂ ਨੂੰ ਦੋਨੋਂ ਉਰੇ ਲਾਉਣੇ ਪੈਣਗੇ ਅਤੇ ਇੱਥੇ ਮਤਲਬ ਜਹਾਜ਼ ਦੀ ਥਾਂ 'ਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਇਹਦਾ ਵਲੋਗ ਅਤੇ ਮੇਰੇ ਦੱਸੋ ਵਲੋਗ ਦੇ ਵਿੱਚ ਤਾਂ ਤੇਰੇ ਬਾਰੇ ਟਾਟਾ